ਹਾਂਜੀ, ਮਲਟੀਪਲੈਕਸ ਦਾ 33% ਵਾਲਾ ਜਿੰਕ ਆ ਜੀ। ਇਹ ਦੋ ਫਾਰਮਾਂ ਦੇ ਵਿੱਚ ਆਉਂਦਾ, ਇੱਕ ਦਾਣੇਦਾਰ ਇੱਕ ਪਾਊਡਰ ਫਾਰਮ ਦੇ ਵਿੱਚ। ਅਤੇ ਜ਼ਿਮੀਂਦਾਰ ਨੂੰ ਕਿਹੜਾ ਵਰਤਣਾ ਚਾਹੀਦਾ, ਪਾਊਡਰ ਜਾਂ ਦਾਣੇਦਾਰ? ਅਤੇ ਝੋਨੇ ਦੇ ਵਿੱਚ ਕੀ ਜਿੰਕ ਦੀ ਇੰਪੋਰਟੈਂਸ ਆ ਅਤੇ ਝੋਨੇ ਨੂੰ ਕਿੰਨੀ ਕੁ ਜ਼ਰੂਰਤ ਆ ਜਿੰਕ ਦੀ? ਇਸ ਵੀਡੀਓ ਵਿੱਚ ਆਪਾਂ ਜਿੰਕ ਬਾਰੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਣਾ ਸੰਘਿਆ ਵਾਲਾ। ਇਹ ਆਪਣੇ ਲਵੇ ਜਿਹੜਾ ਪ੍ਰੋਡਕਟ ਆ ਜੀ ਮਲਟੀਪਲੈਕਸ ਦਾ, ਇਹ ਦਾਣੇਦਾਰ ਆ ਜੀ। ਅਤੇ ਇਹਨਾਂ ਦੇ ਦੋ ਆਉਂਦੇ ਨੇ, ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ, ਆਹ ਦੇਖੋ ਲਿਖਿਆ ਹੋਇਆ ਇਹਨਾਂ ਦਾ, ਗ੍ਰੈਨੂਲਰ ਫੋਮ ਐਂਡ ਪਾਊਡਰ ਫੋਮ। ਇਹ ਆਪਣੇ ਵਾਲੇ ਦੇ ਠੀਕਾ ਲੱਗਿਆ ਹੋਇਆ ਗ੍ਰੈਨੂਲਰ 'ਤੇ, ਇਸ ਕਰਕੇ ਇਹ ਪ੍ਰੋਡਕਟ ਜਿਹੜਾ ਹੈਗਾ ਇਹ ਦਾਣੇਦਾਰ ਆ। ਅਤੇ ਇਹਦੇ ਦਾਣੇ ਕਿਵੇਂ ਹੁੰਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ। ਪ੍ਰੋਡਕਟ ਖੋਲ੍ਹਿਆ ਹੋਇਆ ਪਹਿਲਾਂ ਹੀ, 4 ਕਿਲੋ ਦੀ ਪੈਕਿੰਗ ਆਉਂਦੀ ਆ ਜੀ ਮਲਟੀਪਲੈਕਸ ਦੇ ਜਿੰਕ ਦੀ। ਇਹਦੇ ਵਿੱਚੋਂ ਆਪਣਾ 2 ਕਿਲੋ ਕੱਢ ਕੇ ਪਹਿਲਾਂ ਪਨੀਰੀ ਦੇ ਵਿੱਚ ਪਾਇਆ ਹੋਇਆ। ਅਤੇ ਦਾਣੇ ਦੇਖੋ ਕਿੰਨੇ ਸ਼ਾਨਦਾਰ ਨੇ, ਮੋਟੇ ਯੂਰੀਏ ਦੇ ਵਿੱਚ ਤੁਸੀਂ ਆਰਾਮ ਨਾਲ ਇਹਨੂੰ ਮਿਕਸ ਕਰਕੇ ਪਾ ਸਕਦੇ ਹੋ। ਬਰੀਕ ਯੂਰੀਏ ਦੇ ਵਿੱਚ ਵੀ ਮਿਕਸ ਹੋ ਜਾਂਦਾ, ਕੋਈ ਇਹੀ ਜੀ ਦਿੱਕਤ ਵਾਲੀ ਗੱਲ ਨਹੀਂ ਹੈਗੀ। ਪਰ ਮੋਟੇ ਯੂਰੀਏ ਦੇ ਵਿੱਚ ਬਹੁਤ ਆਸਾਨੀ ਨਾਲ, ਨਾਲੇ ਯੂਰੀਆ ਬਹੁਤ ਵਧੀਆ ਪੈਂਦਾ, ਘੱਟ ਯੂਰੀਏ ਨਾਲ ਵਧੀਆ ਝੋਨਾ ਹੋ ਜਾਂਦਾ ਅਤੇ ਨਾਲੇ ਜਿੰਕ ਦਾ ਜਿਹੜਾ ਸਾਣਾ ਉਹ ਵਧੀਆ ਆ ਜਾਂਦਾ। ਦੇਖੋ ਕੁਆਲਿਟੀ ਕਿੰਨੀ ਸੁਪਰੀਅਰ ਆ। ਅਤੇ ਇਹਦਾ ਜਿਹੜਾ ਰੇਟ ਆ ਉਹ ਵੀ ਆਪਾਂ ਗੱਲ ਕਰਾਂਗੇ ਇਹਦੇ ਵਿੱਚ, ਵੀਡੀਓ ਦੇ ਵਿੱਚ। ਰੇਟ ਇਹਦਾ ਜੀ ਦੋ ਪ੍ਰਕਾਰ ਦਾ, ਜਿਵੇਂ ਇਹ ਕੰਪਨੀ ਬਣਾਉਂਦੀ ਦੋ ਪ੍ਰਕਾਰ ਹੈ ਇਹਨੂੰ, ਅਤੇ ਰੇਟ ਵੀ ਦੋ ਪ੍ਰਕਾਰ ਦਾ ਦਿੰਦੀ ਆ। ਜਿਹੜਾ ਪਾਊਡਰ ਫੋਮ ਦੇ ਵਿੱਚ ਆਉਂਦਾ ਉਹਦਾ ਮਿਲ ਜਾਂਦਾ ਜੀ 90-92 ਰੁਪਏ, 85 ਰੁਪਏ ਵੀ ਮਿਲ ਜਾਂਦਾ, 80 ਰੁਪਏ ਵੀ ਮਿਲ ਜਾਂਦਾ। ਉਹ ਹਰੇਕ ਸਾਲ ਕੰਪਨੀ ਦੇ ਰੇਟ ਦੇ ਉੱਤੇ ਡਿਪੈਂਡ ਕਰਦਾ। ਅਤੇ ਤੁਹਾਨੂੰ ਮੈਂ ਪਹਿਲਾਂ ਬ੍ਰੈਂਡਿੰਗ ਦਿਖਾ ਦਾਂ ਵੀ ਮਲਟੀਪਲੈਕਸ ਕਿੱਦਾਂ ਦਾ ਬ੍ਰੈਂਡ ਆ, ਕਿਵੇਂ ਇਹਦੇ 'ਤੇ ਲਿਖਿਆ ਹੁੰਦਾ, ਇਹ ਦੇਖ ਲਓ। ਅਤੇ ਆ 4 ਕਿਲੋ ਨੈੱਟ ਵੇਟ ਇਹ ਵੀ ਦੇਖ ਲਿਆ ਕਰੋ। ਅਤੇ ਫਾਰਮਰ ਚੋਇਸ 1974 ਤੋਂ ਇਹ ਚੱਲਦੀ ਆ ਕੰਪਨੀ। ਬਾਕੀ ਪੰਜਾਬੀ ਦੇ ਵਿੱਚ ਨਹੀਂ, ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਇਹਦੇ ਪ੍ਰੋਡਕਟ ਦੇ ਬਾਇਓਡਾਟਾ ਬਾਰੇ। ਜਿੰਕ 33%, ਸਲਫਰ ਨਾਲ 15%, ਇਹ ਸਾਰਾ ਕੁਝ ਦਿਖਾਤਾ। ਅਤੇ ਮੈਨੂਫੈਕਚਰ ਐਂਡ ਮਾਰਕੀਟਿੰਗ ਕਰਨਾਟਕ ਐਗਰੋ ਕੈਮੀਕਲਸ, ਇਹਨਾਂ ਦੀ ਇਹ ਕੰਪਨੀ ਆ। ਅਤੇ ਪ੍ਰੋਡਕਟ ਇਹ ਮਲਟੀਪਲੈਕਸ ਦੇ ਨਾਂ ਦੇ ਉੱਤੇ ਵੇਚਦੇ ਨੇ। ਇਹ ਇੱਦਾਂ ਹੀ ਚੱਲਦਾ ਇਹਨਾਂ ਦਾ ਪ੍ਰੋਸੈਸ ਆ ਜਿਹੜਾ। ਅਤੇ ਆਪਾਂ ਰੇਟ ਦੀ ਗੱਲ ਕਰ ਰਹੇ ਸੀ, ਅਤੇ ਜਿਹੜਾ ਦਾਣੇਦਾਰ ਆ ਜੀ, ਦਾਣੇਦਾਰ ਤਾਂ ਤੁਹਾਨੂੰ ਮਿਲੂਗਾ 120 ਤੋਂ ਲੈ ਕੇ 125 ਰੁਪਏ ਦੇ ਵਿੱਚ, 115 ਰੁਪਏ ਵੀ ਮਿਲ ਸਕਦਾ। ਉਹ ਹਰੇਕ ਸਾਲ ਦਾ ਰੇਟ ਹੁੰਦਾ, ਕਿਉਂਕਿ ਪਹਿਲੇ ਸਾਲ ਜਦੋਂ ਇਹ ਆਇਆ ਸੀ ਉਦੋਂ 125 ਰੁਪਏ ਮਿਲ ਰਿਹਾ ਸੀ, ਅਤੇ ਇਸ ਵਾਰ ਵੀ 125 ਮਿਲਿਆ। ਜੇ ਆਪਣੇ ਇਹ 4 ਕਿਲੋ ਵਾਲੀਆਂ ਦੋ ਥੈਲੀਆਂ ਲੈ ਕੇ ਆਉਂਦੀਆਂ ਨੇ 8 ਕਿਲੋ ਪਨੀਰੀ 'ਚ ਪਾਉਣ ਵਾਸਤੇ ਲੈ ਕੇ ਆਉਂਦਾ। ਵੈਸੇ ਆਪਾਂ ਖੇਤ ਦੇ ਵਿੱਚ ਜਿੰਕ ਵਗੈਰਾ ਕੁਝ ਨਹੀਂ ਪਾਉਂਦੇ ਹੈਗੇ, ਜੇ ਜਿੰਕ ਦੀ ਜ਼ਰੂਰਤ ਹੁੰਦੀ ਆ ਤਾਂ 10 ਕਿਲੋ ਜਿੰਕ 8-10 ਸਾਲਾਂ ਬਾਅਦ ਪਾ ਦਿੰਦੇ ਹਾਂ। ਨਹੀਂ ਵੈਸੇ ਅਸੀਂ ਪਰਾਲੀ ਪਰੂਲੀ ਮਿਕਸ ਕਰਦੇ ਹਾਂ ਖੇਤ ਦੇ ਵਿੱਚ, ਤਾਂ ਕਰਕੇ ਇਕੱਲੇ ਯੂਰੀਏ ਨਾਲ ਝੋਨਾ ਹੋ ਜਾਂਦਾ। ਕਣਕ ਦੇ ਵਿੱਚ DAP ਦੇ ਯੂਰੀਆ ਪਾਈਦਾ ਬਸ। ਅਤੇ ਆਪਣਾ ਪਾਊਡਰ ਵਾਲਾ ਮਿਲ ਜੂਗਾ ਜੀ ਤੁਹਾਨੂੰ 80 ਤੋਂ ਲੈ ਕੇ 90 ਰੁਪਈਆਂ ਦੇ ਵਿੱਚ, 92 ਰੁਪਏ, 90-92, ਉਹ ਵੀ ਰੇਟ ਦੇ ਹਿਸਾਬ ਨਾਲ। ਇਹ ਆਪਣੀ ਰੇਟ ਦੀ ਗੱਲ ਹੋ ਗਈ, ਗ੍ਰੈਨੂਅਲ ਫੋਮ ਦੀ ਗੱਲ ਹੋ ਗਈ। ਪਾਊਡਰ ਫੋਮ ਸਾਰੇ ਜਾਣਦੇ ਨੇ ਸਫੈਦ ਕਲਰ ਦਾ ਹੁੰਦਾ, ਅਤੇ ਗ੍ਰੈਨੂਅਲ ਫੋਮ ਇਹ ਥੋੜ੍ਹਾ ਜਿਹਾ ਮਿੱਟੀ ਰੰਗਾ। ਅਤੇ ਇਹ ਬਣਾਉਣ ਲਈ, ਗੋਲੀ ਬਣਾਉਣ ਵਾਸਤੇ ਥੋੜ੍ਹੀ ਜਿਹੀ ਕੋਸਟ ਵੀ ਜ਼ਿਆਦਾ ਆਉਂਦੀ ਆ ਕੰਪਨੀ ਦੀ, ਅਤੇ ਕਲਰ ਦਾ ਵੀ ਫਰਕ ਪੈ ਜਾਂਦਾ, ਕਿਉਂਕਿ ਇਹਦੇ ਵਿੱਚ ਇੱਕ ਅਲੱਗ ਤੋਂ ਪ੍ਰੋਡਕਟ ਯੂਜ ਕੀਤਾ ਜਾਂਦਾ, ਮਿਕਸ ਕੀਤਾ ਜਾਂਦਾ ਜਿਹਦੇ ਨਾਲ ਗੋਲੀ ਬਣਦੀ ਆ, ਤਾਂ ਇਹ ਪ੍ਰੋਡਕਟ ਥੋੜ੍ਹਾ ਜਿਹਾ ਕੋਸਟੇਬਲ ਹੁੰਦਾ। ਬਟ ਜੇ ਆਪਾਂ ਹੁਣ ਗੱਲ ਕਰੀਏ ਰਿਜ਼ਲਟ ਦੀ, ਵੀ ਕਿਹੜੇ ਦਾ ਰਿਜ਼ਲਟ ਵੱਧਦਾ, ਅਤੇ ਰਿਜ਼ਲਟ ਇਹ ਲਗਭਗ ਸੇਮ ਹੀ ਹੁੰਦਾ ਜੀ। ਅਤੇ ਦਾਣੇਦਾਰ ਦਾ ਰਿਜ਼ਲਟ ਤਾਂ ਵਧੀਆ ਆ ਜਾਂਦਾ, ਕਿਉਂਕਿ ਇਹਦਾ ਸਿੱਟਾ ਜਿਹੜਾ ਉਹ ਇੱਕ ਸਾਰ ਵੱਜ ਜਾਂਦਾ।
ਜੇ ਕਿਸਾਨ ਵੀਰ ਆਪਾਂ ਨੇ ਕਹਿਣ ਵੀ ਅਸੀਂ ਪਾਊਡਰ ਵਾਲੇ ਦਾ ਇੱਕ ਸਾਰ ਸਿੱਟਾ ਮਾਰ ਦਾਂਗੇ ਤਾਂ ਉਹਦਾ ਵੀ ਰਿਜ਼ਲਟ ਸੇਮ ਹੀ ਆਊਗਾ, ਪਰ ਇਹ ਚਾਂਸ ਆ ਜਿਹੜੇ ਇਹ ਘੱਟ ਹੁੰਦੇ ਨੇ, ਪ੍ਰੋਬੈਬਿਲਟੀ ਆ ਜਿਹੜੀ ਇਹ ਘੱਟ ਹੁੰਦੀ ਹੈ ਵੀ ਪਾਊਡਰ ਵਾਲਾ ਇੱਕ ਸਾਰ ਖਿਲਾਰਨਾ ਔਖਾ ਹੋ ਜਾਂਦਾ, ਕਿਉਂਕਿ ਪਾਊਡਰ ਵਾਲੇ ਨੂੰ ਆਪਾਂ ਕਰਾਂਗੇ ਮਿਕਸ ਯੂਰੀਏ ਦੇ ਵਿੱਚ, ਯੂਰੀਏ ਦੇ ਵਿੱਚ ਜਾਂ ਤਾਂ ਸਰ੍ਹੋਂ ਦੇ ਤੇਲ ਨਾਲ ਮਿਕਸ ਕੀਤਾ ਜਾਵੇ ਅਤੇ ਜਾਂ ਕੋਈ ਫਿਰ ਪ੍ਰੋਡਕਟ ਹੋਰ ਹੋਵੇ ਗੂੰਦ ਵਗੈਰਾ ਵੀ ਜਿਹਦੇ ਨਾਲ ਮਿਕਸ ਕੀਤਾ, ਜਿਹੜਾ ਆਪਾਂ ਪਾਣੀ ਨਾਲ ਮਿਕਸ ਕਰਦੇ ਹਾਂ ਉਹਦੇ ਨਾਲ ਰਿਜ਼ਲਟ ਘੱਟ ਆਉਂਦਾ, ਕਿਉਂਕਿ ਯੂਰੀਆ ਪਾਣੀ ਛੱਡ ਜਾਂਦਾ ਅਤੇ ਇਹ ਪੌਦਿਆਂ ਨੂੰ ਪੌਦੇ ਲੱਗ ਕੇ ਗੋਲੀਆਂ ਨੂੰ ਲੱਗ ਕੇ ਪਾਉਣ ਦੇ ਵਿੱਚ ਦਿੱਕਤ ਕ੍ਰੀਏਟ ਕਰਦਾ ਵੀ ਜਿਹੜਾ ਕਿ ਸਿੱਟਾ ਇੱਕ ਸਾਰ ਮਾਰਨਾ ਮੁਸ਼ਕਲ ਹੈ। ਚਲੋ ਜੇ ਕੋਈ ਕਿਸਾਨ ਵੀਰ ਮਾਰ ਸਕਦਾ ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਪ੍ਰੋਡਕਟ ਮਾੜਾ, 33% ਉਹ ਹੁੰਦਾ ਜੀ, 33% ਇਹ ਹੁੰਦਾ। ਹੁਣ ਆਪਾਂ ਨੇ ਗੱਲ ਕਰਨੀ ਹੈ ਜੀ ਝੋਨੇ ਦੇ ਵਿੱਚ ਜਿੰਕ ਦੀ ਜ਼ਰੂਰਤ। ਦੇਖੋ ਜੀ ਝੋਨੇ ਨੂੰ ਮੇਰੇ ਹਿਸਾਬ ਦੇ ਨਾਲ ਜ਼ਰੂਰਤ ਇਕੱਲੀ ਜਿੰਕ ਦੀ ਹੁੰਦੀ ਆ, ਕਿਉਂਕਿ ਕਣਕ ਦੇ ਵਿੱਚ ਜਿਹੜਾ DAP ਵਗੈਰਾ ਆਪਣਾ ਪਾਇਆ ਹੁੰਦਾ ਉਹ ਕਣਕ ਦੇ ਵਿੱਚ ਐਜਿਟ 'ਚ ਪਿਆ ਰਹਿੰਦਾ, ਉਹ ਸਾਰਾ DAP ਖਾਧਿਆ ਨਹੀਂ ਜਾਂਦਾ ਕਣਕ ਤੋਂ, ਉਹ ਝੋਨੇ ਦੇ ਵਿੱਚ ਦੇ ਲੋੜ ਮੁਤਾਬਕ ਖੇਤ ਦੇ ਵਿੱਚ ਹੁੰਦਾ, ਕਿਉਂਕਿ ਕਣਕ ਸੜ ਦਿੰਦੀ ਆ ਅਤੇ ਬਾਕੀ ਜ਼ਿਆਦਾ ਜ਼ਰੂਰਤ ਹੁੰਦੀ ਆ ਜਿੰਕ ਦੀ। ਯਾਨੀ ਕਿ ਜੇ ਮੇਰੇ ਵਾਲਾ ਮੈਥਣ ਮਰਤੋਂ ਤਾਂ ਇਹ ਆ ਵੀ ਜੇ ਤੁਸੀਂ ਨੇ ਜਿੰਕ ਪਾਉਣਾ ਜਿੰਨਾ ਵੀ ਪਾਉਣਾ ਤੁਹਾਡੇ ਮਨ 'ਚ ਆ, ਮੈਂ ਤਾਂ ਪਾਉਂਦੇ ਹੀ ਨਹੀਂ, ਅਸੀਂ ਤਾਂ ਯੂਰੀਆ ਨੂੰ ਪ੍ਰੈਫਰ ਕਰਨ ਲੱਗ ਗਏ ਪਿਛਲੇ 2-4 ਸਾਲਾਂ ਤੋਂ। ਅਤੇ ਵੀ ਯਾਨੀ ਕਿ ਜੇ ਤੁਸੀਂ ਨੇ ਜਿੰਕ ਪਾਉਣਾ ਤਾਂ ਜਿੰਕ ਹੀ ਸਾਰਾ ਜਿੰਨੇ ਦਾ ਜਿੰਨਾ ਪਾਉਣਾ ਮਨ ਬਣਾਇਆ ਹੋਇਆ ਤਾਂ ਇਹ ਝੋਨੇ ਨੂੰ ਪਾ ਦਿਉ, ਕਣਕ ਨੂੰ ਜਿੰਕ ਪਾਉਣ ਦੀ ਲੋੜ ਨਹੀਂ। ਅਤੇ ਜਿੰਨਾ ਤੁਹਾਡਾ DAP ਦਾ ਮਨ ਬਣਾਇਆ ਹੋਇਆ, ਚਾਹੇ 1 ਕੁਇੰਟਲ ਏਕੜ ਦਾ ਬਣਾਇਆ ਹੋਇਆ, ਚਾਹੇ 80 ਕਿਲੋ ਏਕੜ ਦਾ ਬਣਾਇਆ ਹੋਇਆ, ਚਾਹੇ 60 ਕਿਲੋ ਬਣਾਇਆ ਹੋਇਆ, ਅਤੇ ਉਹ ਸਾਰਾ ਤੁਸੀਂ ਕਣਕ ਨੂੰ ਪਾ ਦਿਉ, ਝੋਨੇ ਦੇ ਵਿੱਚ ਪਾਉਣ ਦੀ ਲੋੜ ਨਹੀਂ। ਅਤੇ ਇੱਕ ਅੱਗ ਦਾ ਪਰਹੇਜ਼ ਕਰਿਆ ਕਰੋ, ਅੱਗ ਨਾਲ ਜਿਹੜੇ ਨਿਊਟ੍ਰੀਐਂਟ ਨੇ ਉਹ ਸੜਦੇ ਨੇ, ਚਾਹੇ ਫਾਸਫੋਰਸ ਆ, ਚਾਹੇ ਸਲਫਰ ਆ, ਚਾਹੇ ਪੋਟਾਸ ਆ, ਉੱਪਰਲੀ ਜਿਹੜੀ 2-3 ਇੰਚ ਦੀ ਲੇਅਰ ਹੁੰਦੀ ਆ ਜਿਹੜੀ ਹੀਟ ਦੇ ਵਿੱਚ ਆ ਜਾਂਦੀ ਆ ਜਦੋਂ ਆਪਾਂ ਅੱਗ ਲਗਾਉਂਦੇ ਹਾਂ ਖੇਤ ਦੇ ਵਿੱਚ, ਉਹਦੇ ਨਾਲ ਉਹਦੇ 'ਤੇ ਸਾੜਾ ਪੈਂਦਾ, ਇਹ ਗੱਲ ਯਕੀਨਨ ਬਣਾ ਕੇ ਰੱਖੋ। ਅਤੇ ਹੋਰ ਕਿਸੇ ਵੀਰ ਦਾ ਕਿਸੇ ਵੀ ਤਰ੍ਹਾਂ ਦਾ ਖੇਤੀ ਯੁਕਤ ਸਵਾਲ ਹੋਵੇ, ਜਿੰਕ ਰਿਲੇਟਡ ਸਵਾਲ ਹੋਵੇ, ਤਾਂ ਉਹ ਤੁਸੀਂ ਆਪਣੇ ਵਟਸਐਪ ਨੰਬਰ 98727-6259 ਦੇ ਉੱਤੇ ਮੈਸੇਜ ਛੱਡ ਸਕਦੇ ਹੋ, ਰਿਪਲਾਈ ਜ਼ਰੂਰ ਦੇਵਾਂਗੇ, 24 ਘੰਟਿਆਂ ਦੇ ਵਿੱਚ ਰਿਪਲਾਈ ਮਿਲੂਗਾ। ਅਤੇ ਜੇ ਖੇਤੀ ਗਰੁੱਪ ਐਡ ਕਰਨਾ ਚਾਹੁੰਦੇ ਹੋ ਤਾਂ ਡਾਕਟਰ ਖੇਤੀ ਆਪਣਾ ਗਰੁੱਪ ਆ ਵਟਸਐਪ, ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੁੰਦਾ ਹਰੇਕ ਵੀਡੀਓ ਦੇ, ਤੁਸੀਂ ਉਹ ਲਿੰਕ ਦੇ ਉੱਤੇ ਜਾ ਕੇ ਜੁਆਇਨ ਕਰ ਸਕਦੇ ਹੋ। ਜੇ ਕਿਸੇ ਵੀਰ ਦਾ ਕਮੈਂਟ ਬਾਕਸ ਦੇ ਵਿੱਚ ਸਵਾਲ ਪੁੱਛਣ ਨੂੰ ਮਨ ਕਰਦਾ ਜਾਂ ਸਵਾਲ ਛੋਟਾ ਵੀ ਕਮੈਂਟ ਬਾਕਸ ਦੇ ਵਿੱਚ ਪੁੱਛਣਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੀ ਸਵਾਲ ਪੁੱਛ ਸਕਦੇ ਹੋ, ਸਾਡਾ ਰਿਪਲਾਈ ਤੁਹਾਨੂੰ ਉਹਦਾ ਵੀ ਮਿਲੂਗਾ। ਅਤੇ ਹੋਰ ਕਿਸੇ ਵੀਰ ਦਾ ਕੋਈ ਵੀ ਯਾਨੀ ਕਿ ਉਹ ਹੋਵੇ, ਇਹ ਜਿੰਕ ਦੀ ਬਸ ਆਪਣੇ ਵੀਡੀਓ ਪਾਉਣੀ ਦੀ ਅੱਜ, 33% ਵਾਲੀ ਦੀ, 21% ਵਾਲਾ ਆਪਣੇ ਕਦੇ ਵਰਤਿਆ ਨਹੀਂ, ਇਸ ਕਰਕੇ 21% ਵਾਲਾ ਆਪਾਂ ਕਦੇ ਨਾ ਕਿਸੇ ਨੂੰ ਰਿਕਮੈਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਧੰਨਵਾਦ ਵੀਡੀਓ ਦੇਖਣ ਵਾਲਿਆਂ ਦਾ, ਅਤੇ ਸਤਿ ਸ਼੍ਰੀ ਅਕਾਲ ਜੀ।